ਕੀ ਹਾਲ ਚਾਲ ਹੈ ਜੀ ਸਾਰਿਆਂ ਦਾ, ਉਮੀਦ ਕਰਦੇ ਹਾਂ ਸਾਰੇ ਵਧੀਆ ਹੋਣਗੇ ਜੀ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਆਪਾਂ ਪਹੁੰਚੇ ਸੀਗੇ ਰੋਪੜ ਸਤਲੁਜ ਦਰਿਆ ਦੇ ਉੱਤੇ, ਸਤਲੁਜ ਦਰਿਆ ਦੇ ਉੱਤੇ ਜਿਹੜਾ ਹੈੱਡ ਹੈ ਉੱਥੇ ਪਹੁੰਚੇ ਵੀ ਸੀਗੇ। ਇੱਥੇ ਰੁਕ ਕੇ ਵੀਡੀਓ ਬਣਾਉਣੀ ਸੀਗੀ ਅਤੇ ਦੋ ਚਾਰ ਚੀਜ਼ਾਂ ਉਹਦੇ ਦਿਖਾਉਣ ਲਾਇਕ ਸੀਗੀਆਂ, ਉਹ ਸਾਰੀਆਂ ਦਿਖਾਉਣੀਆਂ ਦੀਆਂ, ਪਰ ਅੱਧਾ ਪੌਣਾ ਘੰਟਾ ਹੋ ਗਿਆ ਸਾਨੂੰ ਬੈਠਿਆਂ ਨੂੰ। ਮੀਂਹ ਬਹੁਤ ਜ਼ੋਰ ਦੀ ਪੈ ਰਿਹਾ ਹੈ, ਮੈਂ ਤਾਂ ਗੱਡੀ 'ਚ ਬੈਠਾ, ਬਾਕੀ ਬੰਦੇ ਤਾਂ ਸਾਰੇ ਬਾਹਰ ਉਹ ਖੜ੍ਹੇ ਮੀਂਹ ਦਾ ਨਜ਼ਾਰਾ ਲੈ ਰਹੇ ਹੈ। ਅਤੇ ਮੀਂਹ ਇੱਕਦਮ ਪੂਰੀ ਸਪੀਡ 'ਚ ਪੈ ਰਿਹਾ, ਸਾਨੂੰ ਲੱਗ ਨਹੀਂ ਰਿਹਾ ਵੀ ਅੱਜ ਵੀਡੀਓ ਬਣਾਉਣ ਲਈ ਸਾਨੂੰ ਟਾਈਮ ਮਿਲੂਗਾ। ਅੱਧਾ ਘੰਟਾ ਤਾਂ ਉੱਤੇ ਹੋ ਗਿਆ, ਮੀਂਹ ਇੱਕ ਸਪੀਡੇ ਪੈ ਰਿਹਾ ਹੈ, ਤੁਸੀਂ ਦੇਖ ਸਕਦੇ ਹੈ ਪੂਰਾ ਮੀਂਹ ਦੀ ਸਪੀਡ ਦੇਖ ਲਓ, ਐਨ ਪੂਰੀ ਪੈ ਰਹੀ ਹੈ। ਆਪਣੇ ਬਿਲਕੁਲ ਸਾਹਮਣੇ ਅੱਗੇ ਹੈਗਾ ਹੈ ਸਤਲੁਜ ਦਰਿਆ, ਇਸ ਟਾਈਮ ਆਪਾਂ ਬਿਲਕੁਲ ਸਤਲੁਜ ਦਰਿਆ ਦੇ ਕੰਢੇ 'ਤੇ ਖੜ੍ਹੇ ਹਾਂ। ਮੀਂਹ ਪੈ ਰਿਹਾ ਹੈ, ਬਾਹਰ ਨਿਕਲ ਕੇ ਤੁਹਾਨੂੰ ਐਨ ਸਾਰਾ ਦਿਖਾਉਣਾ ਸੀਗਾ। ਇਹ ਹੈਗਾ ਹੈ ਇੱਧਰ ਸਤਲੁਜ ਦਰਿਆ, ਅਤੇ ਇਸ ਇੱਧਰ ਜਿਹੜੇ ਆ ਦੋ ਗੇਟ ਬਣੇ ਹੋਏ ਨੇ, ਇਹ ਹੈਗੀ ਆ ਮਹਾਰਾਜਾ ਰਣਜੀਤ ਸਿੰਘ ਪਾਰਕ, ਅਤੇ ਉਹ ਹੈੱਡ ਆ ਗਿਆ ਸਾਹਮਣੇ, ਦਿਖ ਨਹੀਂ ਰਿਹਾ ਮੀਂਹ ਕਰਕੇ, ਇਹ ਸਾਹਮਣੇ ਹੈੱਡ ਹੈ ਅਤੇ ਹੈੱਡ ਦੇ ਪਰਲੇ ਪਾਸੇ ਪਾਣੀ ਰੋਕਿਆ ਵਾ ਇਹ, ਅਤੇ ਜਦੋਂ ਉੱਧਰ ਪਾਣੀ ਜ਼ਿਆਦਾ ਹੁੰਦਾ ਤਾਂ ਇੱਧਰ ਨੂੰ ਪਾਣੀ ਛੱਡਦੇ ਹਾਂ। ਅਤੇ ਇਸ ਟਾਈਮ ਆਪਾਂ ਮੀਂਹ ਦੀ ਵੇਟ ਕਰ ਰਹੇ ਹਾਂ, ਜੇ ਮੀਂਹ ਹਟ ਗਿਆ ਤਾਂ ਆਪਾਂ ਬਾਹਰ ਨਿਕਲ ਕੇ ਬਣਾਵਾਂਗੇ ਵੀਡੀਓ ਪੂਰੀ ਐਨ ਸਤਲੁਜ ਦਰਿਆ ਦੀ। ਲੋ ਵੀ ਮਿੱਤਰੋ, ਰੋਪੜ ਪੈਣ ਲੱਗ ਗਿਆ ਮੀਂਹ, ਇੱਧਰ ਬੰਦਾ ਸਾਡਾ ਪੈਡੀ ਇੰਜੋਏ ਕਰ ਰਿਹਾ ਹੈ। ਸ਼ੁਰੂ ਕੀਤੀ ਹੋਈ ਹੈ ਮੇਰਾ ਭਾਈ, ਬੋਲੀਏ ਕੀ ਹਾਲ ਨੇ। ਅੱਧੇ ਪੌਣੇ ਘੰਟੇ ਤੋਂ ਉੱਤੇ ਇੱਕ ਜਗ੍ਹਾ ਖੜ ਕੇ ਜਿਵੇਂ ਤੁਸੀਂ ਦੇਖੇ ਮੀਂਹ ਪੈ ਰਿਹਾ, ਤਾਂ ਹੁਣ ਅਸੀਂ ਵਾਪਸ ਚੱਲੇ ਹਾਂ ਕਿਉਂਕਿ ਮੀਂਹ ਨੇ ਸਾਡਾ ਸਾਥ ਨਹੀਂ ਦਿੱਤਾ। ਮੀਂਹ ਪੂਰਾ ਪਈ ਗਿਆ ਅਤੇ ਸਾਨੂੰ ਵੀਡੀਓ ਬਣਾਉਣ ਦਾ ਟਾਈਮ ਨਹੀਂ ਮਿਲਿਆ। ਹੁਣ ਅਸੀਂ ਸੋਚਿਆ ਵੀ ਕਿਸੇ ਦਿਨ ਫਿਰ ਆ ਜਾਵਾਂਗੇ ਅਤੇ ਬਾਕੀ ਵੀਡੀਓ ਬਣਾਵਾਂਗੇ ਫਿਰ ਰੋਪੜ ਸਤਲੁਜ ਦਰਿਆ ਦੀ ਅਤੇ ਮਹਾਰਾਜਾ ਰਣਜੀਤ ਸਿੰਘ ਪਾਰਕ ਦੀ ਅਤੇ ਬੋਟ ਕਲੱਬ ਰੋਪੜ, ਇਹ ਸਾਰੀਆਂ ਚੀਜ਼ਾਂ ਤੁਹਾਨੂੰ ਫਿਰ ਦਿਖਾਵਾਂਗੇ। ਹੁਣ ਆਪਾਂ ਜਾ ਰਹੇ ਹਾਂ ਵਾਪਸ ਪਿੰਡ ਨੂੰ, ਮੀਂਹ ਨੇ ਸਾਡਾ ਸਾਥ ਨਹੀਂ ਦਿੱਤਾ। ਬਾਕੀ ਆਲੇ ਦੁਆਲੇ ਦਿਖਾਓ ਤੁਸੀਂ ਮੀਂਹ ਕਿੰਨਾ ਪੈ ਰਿਹਾ। ਮੀਂਹ ਬਹੁਤ ਜ਼ਿਆਦਾ ਪੈ ਰਿਹਾ ਮਿੱਤਰੋ, ਮਤਲਬ ਕਿ ਚਰੀ ਵਾਲ ਨੂੰ ਮੀਂਹ ਹੋ ਜਾਊਗੀ ਜੇ ਆਪਣੇ ਪਿੰਡ ਮੀਂਹ ਪੈਂਦਾ ਹੋਇਆ। ਇੱਧਰੋਂ ਇੱਧਰੋਂ ਚੱਲ ਮੇਰੇ ਕਿੰਨੀ ਅਭੀ ਲੰਘ ਜਾਂਦਾ, ਇੱਧਰੋਂ ਫਿਰ ਭੀੜ ਭੂੜ ਜੀ ਬਹੁਤ ਹੁੰਦੀ ਹੈ ਅਤੇ ਪੁਲਿਸ ਲਾਈਨ ਆ ਚੁੱਕੀ ਹੈ, ਸਾਡੇ ਵਿਚਕਾਰ ਪਹੁੰਚ ਚੁੱਕੇ ਨੇ। ਸਾਡਾ ਬੰਦਾ ਪੈਟੀ 'ਤੇ ਬਿਜ਼ੀ ਹੈ। ਹੈਲੋ ਬ੍ਰੋ, ਹਾਓ ਯੂ ਇੰਜੋਏ ਯੋਰ ਪੈਟੀ? ਫਿਲਮ ਤਾਂ ਕੈਮਰਾਮੈਨ ਮੈਨੂੰ ਮੀਂਹ ਦੇ ਵਿੱਚ ਜਾ ਕੇ ਪੈਟੀ ਲੈ ਕੇ ਆਇਆ, ਮੈਂ ਤਾਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਅਤੇ ਧੰਨਵਾਦ। ਵਟ ਅਬਾਊਟ ਵੇਅਰ ਵੀ ਗੋ ਹੁਣ, ਵਿਲੇਜ? ਓਕੇ ਓਕੇ ਓਕੇ, ਲਓ ਜੀ ਪਿੱਛੇ ਬੰਦਿਆਂ ਦੀ ਸ਼ਰਤ ਲੱਗ ਗਈ। ਸ਼ਰਤ ਵੈਸੇ ਬੋਦੀ ਜੋ ਲੱਗੀ ਹੈ, ਆਹ ਕੱਚੀ ਨਹਿਰ ਇਹਨਾਂ ਦੋਨਾਂ ਨੇ ਪਾਰ ਕਰਨੀ ਹੈ ਤੈਰ ਕੇ। ਜਿਹਨੇ ਪਾਰ ਪਹਿਲਾਂ ਕਰਤੀ ਨਾ, ਜਿਹਨੇ ਬਾਅਦ ਚੋਂ ਪਾਰ ਕਰੀ ਜੀ, ਉਹ ਜਿਹੜਾ ਪਹਿਲਾਂ ਪਾਰ ਕਰੂਗਾ ਉਹਨੂੰ 100 ਰੁਪਇਆ ਦਊਗਾ। ਇਹੀ ਸ਼ਰਤ ਹੈ, ਥੋੜ੍ਹਾ ਪਾਣੀ ਗੰਦਾ ਇਹਦੇ ਕਰਕੇ ਥੋੜ੍ਹਾ ਜਿਹਾ ਕਤਰਾ ਰਹੇ ਹੈ, ਨਹੀਂ ਤਾਂ ਮੀਂਹ ਪੂਰਾ ਸਪੀਡ 'ਚ ਪੈ ਰਿਹਾ ਐਨ। ਬਾਕੀ ਹੁਣ ਅਸੀਂ ਹੋਰ ਕਰਨਾ, ਅਸੀਂ ਅਗਲੀ ਵਾਰ ਤੋਂ ਰੇਨਕੋਟ ਵਗੈਰਾ ਰੱਖੇ ਕਰਨੇ ਕਿਉਂਕਿ ਅਸੀਂ ਪਿਛਲੀ ਵਾਰ ਗਏ ਤੇ ਜਦ ਵੀ ਸਾਨੂੰ ਮੀਂਹ ਨੂੰ ਬਹੁਤ ਤੰਗ ਕਰਿਆ, ਜ਼ਰੂਰ ਨਾਲ ਤੇ ਜਦ ਤਾਂ ਅਸੀਂ ਆਪ ਵੀ ਗਿੱਲੇ ਹੋ ਗਏ ਤੇ ਤੇ ਅੱਜ ਫਿਰ ਮੀਂਹ ਸਾਨੂੰ ਤੰਗ ਕਰ ਰਿਹਾ ਹੈ। ਹੁਣ ਅਗਲੀ ਵਾਰ ਤੋਂ ਅਸੀਂ ਛਤਰੀ ਰੇਨਕੋਟ ਵਾਟਰਪਰੂਫ ਚੀਜ਼ਾਂ ਚੱਕੀਏ ਨਾ, ਨਹੀਂ ਆਪਾਂ ਲੇਹ ਲਦਾਖ ਵਾਲਾ ਟੈਂਟ ਚੱਕ ਲੈਂਦੇ ਹਾਂ, ਬਸ ਉੱਤੀ ਲਾ ਲੇ ਕਰਨਾ। ਇਸ ਟਾਈਮ ਮੀਂਹ ਪੂਰਾ ਉਵੇਂ ਹੀ ਪੈ ਰਿਹਾ ਜਿਵੇਂ ਰੋਪੜ ਪੈ ਰਿਹਾ, ਤਾਂ ਰੋਪੜ ਤੋਂ ਬਾਹਰ ਆ ਗਏ, ਪਰ ਮੀਂਹ ਉਸ ਟਾਈਮ ਪੂਰਾ ਜ਼ੋਰਾਂ 'ਤੇ ਉਵੇਂ ਹੀ ਪੈ ਰਿਹਾ ਹੈ। ਆ ਲਓ ਜੀ ਰੋਪੜ ਤਾਂ ਮੀਂਹ ਨੇ ਕੰਮ, ਤੁਸੀਂ ਦੇਖ ਲਿਆ ਰੋਪੜ ਕਿੰਨਾ ਮੀਂਹ, ਤਾਂ ਇਸ ਟਾਈਮ ਤੁਸੀਂ ਆਪਣੇ ਪਿੰਡ ਦੇਖ ਸਕਦੇ ਕਿੰਨਾ ਮੀਂਹ ਹੈ। ਨਾਲੀਆਂ ਤੋਂ ਪਾਣੀ ਨਹੀਂ ਸਾਂਭ ਹੋ ਰਿਹਾ, ਛਤਰੀ ਲੈ ਕੇ ਮੈਂ ਸਪੈਸ਼ਲ ਬਾਹਰ ਵੀਡੀਓ ਬਣਾਉਣ ਆਇਆ,
इधर तुसी देखो सड़क दे उपर नू पानी चल रहा हले जिहड़ा मीं थोड़ा जिहा घट गया पहला तो बिल्कुल भी सड़क नहीं थी दिखती इस बार पंजाब दे विच हड़ हड़ आने वाली पोजीशन हुई पई है मीं वेखो तुसी परम पानी वेखो सारा लो ये सारा पानी अपने सिर्फ घर के बेड़े का पानी है इन्ना ये एक मिनट चेक करो भी आह पानी देखो तुसी किवें नालियों दे विच ओवरफ्लो होकर चल रहा है पंतालिया चू पानी नहीं आ रहा इस करके बेड़े की जी डेड़ी है डेड़ी टप के पानी बाहर निकल रहा इस टाइम एन पूरा बेड़े का पानी मीह हो इस टाइम भी उसी स्पीड के पै रहा पहला रोपड़ जिमें आप रोपड़ गए रोपड़ पै रहा रोपड़ वीडियो नहीं बनी उस बाद घर आए घर जो आए उदो मीह नहीं पर अद्धे एक घंटे बाद मीह रोपड़ से भी तेज़ मीह आ गया हो सकता रोपड़ भी दोबारा तेज़ हो गया आपां तो बाद मोटरसाइकिल वाले मीह भी चौखा हो जाता क्योंकि जो अचनचेत मीह आ जाता वो मोटरसाइकिल वाले घर तो निकल जाते हैं कई बार किसी रास्ते रुकने जगह नहीं मिलती